हेलो माय डियर फ्रेंड्स वेलकम टू विदा इंग्लिश क्लास ਤਾਂ ਅੱਜ ਆਪਾਂ ਇੱਕ ਬਹੁਤ ਹੀ ਇੰਪੋਰਟੈਂਟ ਟਾਪਿਕ ਜੋ ਕਿ ਅਜ ਦੇ ਦੌਰ ਦੇ ਵਿੱਚ ਡਿਸਕਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਰਨ ਲੱਗੇ ਆਗੇ ਇਹ ਟਾਪਿਕ ਹੈ ਜੋ ਬੱਚੇ ਜ਼ਿਆਦਾਤਰ ਆਨਲਾਈਨ ਰਹਿੰਦੇ ਨੇ ਇੰਟਰਨੈਟ ਨੂੰ ਬਹੁਤ ਜ਼ਿਆਦਾ ਯੂਜ਼ ਕਰਦੇ ਨੇਗੇ ਤਾਂ ਉਹਦੇ ਨਾਲ ਕਿਸ ਤਰ੍ਹਾਂ ਦਾ ਰਿਸਕ ਪੈਦਾ ਹੁੰਦਾ ਹੈਗਾ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਪੈਦਾ ਹੁੰਦੀਆਂ ਨੇ ਗਿਆ ਤੇ ਆਪਾਂ ਅੱਜ ਸਿਰਫ ਪ੍ਰੋਬਲਮ ਜਾਂ ਰਿਸਕ ਦੀ ਗੱਲ ਹੀ ਨਹੀਂ ਕਰਾਂਗੇ ਨਾਲ ਆਪਾਂ ਇਹਦੇ ਜਿਹੜੇ ਪ੍ਰੋਬੇਬਲ ਬੰਦੇ ਜੋ ਸੋਲੂਸ਼ਨ ਨੇਗੇ ਉਹਨਾਂ ਦੀ ਵੀ ਗੱਲ ਕਰਾਂਗੇ ਤਾਂ ਆਓ ਆਪਾਂ ਸ਼ੁਰੂਆਤ ਕਰਦੇ ਹਾਂਗੇ ਰਿਸਕ ਆਫ ਚਿਲड्रन ਔਨਲਾਈਨ ਸਭ ਤੋਂ ਪਹਿਲੀ ਜੋ ਪ੍ਰੋਬਲਮ ਜੋ ਬੱਚੇ ਔਨਲਾਈਨ ਰਹਿੰਦੇ ਨੇ ਉਹਨਾਂ ਨੂੰ ਫੇਸ ਕਰਨੀ ਪੈਂਦੀ ਹੈਗੀ ਜਾਂ ਪੈ ਸਕਦੀ ਹੈਗੀ ਉਹ ਹੈ ਸਾਈਬਰ ਬਲਿੰਗ ਦੀ ਸਾਈਬਰ ਬਲਿੰਗ ਦਾ ਮਤਲਬ ਕੀ ਹੁੰਦਾ ਹੈਗਾ ਜਦੋਂ ਬੱਚਾ ਇੰਟਰਨੈਟ ਜਿਆਦਾ ਯੂਜ਼ ਕਰਦਾਗਾ ਤਾਂ ਉਹਦੇ ਨਾਲ ਕਈ ਵਾਰ ਉਹਦੀ ਜੋ ਆਈਡੈਂਟੀਟੀ ਹੈ ਜਾਂ ਉਹਦੀ ਜੋ ਪਰਸਨਲ ਡਿਟੇਲ ਹੈ ਉਹ ਕਿਸੇ ਕੋਲੇ ਚਲੀ ਜਾਂਦੀ ਹੈ ਜਿਹਦੇ ਕਰਕੇ ਉਹਨੂੰ ਬਲਿੰਗ ਮਤਲਬ ਕਿ ਉਸ ਨੂੰ ਬਲੈਕਮੇਲਿੰਗ ਦਾ ਸ਼ਿਕਾਰ ਹੋਣਾ ਪੈ ਸਕਦਾ ਹੈਗਾ ਜਿਹਦੇ ਕਰਕੇ ਉਹ ਡਿਪਰੈਸ਼ਨ ਵੀ ਵਿੱਚ ਵੀ ਹੋ ਜਾਂਦੇ ਸੋ ਡਿਪਰੈਸ਼ਨ ਦਾ ਸ਼ਿਕਾਰ ਵੀ ਉਹ ਹੋ ਸਕਦੇ ਨੇ ਵੀ ਸੋ ਸਭ ਤੋਂ ਵੱਡੀ ਇਹ ਪ੍ਰੋਬਲਮ ਇਹ ਹੈ ਜੋ ਪਹਿਲੀ ਆਪਾਂ ਡਿਸਕਸ ਕੀਤੀ ਹੈਗੀ ਉਸ ਤੋਂ ਬਾਅਦ ਕੀ ਹੈ ਇਹ ਕਾਰਨ ਤਾਂ ਹੁੰਦਾ ਹੈਗਾ ਸਾਈਬਰ ਬਲਿੰਗ ਤਾਂ ਹੁੰਦੀ ਹੈ ਕਿਉਂਕਿ ਨਾ ਬੱਚੇ ਜਦੋਂ ਆਨਲਾਈਨ ਚੈਟਿੰਗ ਕਰਦੇ ਨੇ ਕਿ ਸੋਸ਼ਲ ਐਪ ਸੋਸ਼ਲ ਵੈਬਸਾਈਟ ਦੇ ਉੱਪਰ ਤਾਂ ਉਹ ਸਟ੍ਰੇਂਜਰ ਦੇ ਨਾਲ ਕਨੈਕਟ ਦੇ ਵਿੱਚ ਆ ਜਾਂਦੇ ਨੇ ਕੰਟੈਕਟ ਦੇ ਵਿੱਚ ਆ ਜਾਂਦੇ ਨੇਗੇ ਤੇ ਜਿਹੜੇ ਕਿ ਆਨਲਾਈਨ ਪ੍ਰੇਡੇਟਰ ਦੇ ਵਾਂਗ ਵੀ ਪੇਸ਼ ਆ ਸਕਦੇ ਨੇ ਆਨਲਾਈਨ ਪ੍ਰੇਡੇਟਰ ਕੀ ਹੁੰਦਾ ਹੈਗਾ ਆਨਲਾਈਨ ਪ੍ਰੇਡੇਟਰ ਅਜਿਹੇ ਸ਼ିକਾਰੀ ਪ੍ਰੇਡੇਟਰ ਵੈਸੀ ਹੁੰਦਾ ਸ਼ਿਕਾਰੀ ਹੰਟਰ ਨੂੰ ਕਹਿੰਦੇ ਹੈਗੇ ਪਰ ਜਿਹੜੇ ਕਿ ਆਨਲਾਈਨ ਸਾਡੇ ਫਰੈਂਡਸ ਬੰਦੇ ਨੇਗੇ ਜਾਂ ਆਨਲਾਈਨ ਹੈਕਰਸ ਹੁੰਦੇ ਨੇਗੇ ਜਾਂ ਆਨਲਾਈਨ ਚੋਰੀ ਕਰਦੇ ਨੇਗੇ ਉਹਨਾਂ ਨੂੰ ਆਨਲਾਈਨ ਪ੍ਰੇਡੇਟਰ ਕਿਹਾ ਜਾਂਦਾ ਹੈਗਾ ਸੋ ਜਦੋਂ ਸਾਈਬਰ ਬਲਿੰਗ ਹੋ ਗਿਆ ਆਨਲਾਈਨ ਪ੍ਰੇਡੇਟਰ ਆ ਗਿਆ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਟੈਕਨੀਕਲ ਵਰਡ ਹੋਣਗੇ ਜਿਹੜੇ ਇੰਟਰਨੈਟ ਦੇ ਨਾਲ ਰਿਲੇਟਡ ਹੁੰਦਾ ਤੇ ਇਹਨਾਂ ਨੂੰ ਤੁਸੀਂ ਯੂਜ਼ ਪ੍ਰੇਫਰੈਂਸ ਬੇਸਿਸ ਦੇ ਉੱਪਰ ਕਰਨਾ ਹੈਗਾ ओके सो ਗੱਲ ਕਰ ਰਹੇ ਹਾਂਗੇ ਕਿ ਟੀਨ ਬੱਚੇ ਜਦੋਂ ਆਨਲਾਈਨ ਇੱਕ ਦੂਜੇ ਨਾਲ ਚੈਟਿੰਗ ਕਰਦੇ ਆਗੇ ਤਾਂ ਉਹਨਾਂ ਵਿੱਚੋਂ ਬਹੁਤ ਸਾਰੇ ਬੱਚੇ ਇੱਕ ਦੂਜੇ ਨੂੰ ਮਿਲਣ ਦੀ ਗੱਲ ਕਰਦੇ ਨੇ ਜਾਂ ਸਟ੍ਰੇਂਜਰ ਜਿਹੜੇ ਕਿ ਅਜਨਬੀ ਹੁੰਦੇ ਨੇ ਜਾਂ ਵਰਚੁਅਲ ਫਰੈਂਡਸ ਹੁੰਦੇ ਨੇ ਕਿ ਵਰਚੁਅਲ ਫਰੈਂਡਸ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਆਗੇ ਜਾਂ ਉਹਨਾਂ ਨੂੰ ਚੈਲੰਜ ਕਰਦੇ ਆ ਵੀ ਚਲੋ ਆਪਾਂ ਮਿਲੀਏ ਤੇ ਜਿਹੜੇ ਕਿ ਹੋ ਸਕਦਾਗਾ ਕਿ ਉਹਨਾਂ ਦਾ ਨੁਕਸਾਨ ਕਰਨ ਪ੍ਰੇਡੇਟਰਸ ਬਣ ਕੇ ਉਸ ਵੇਲੇ ਥਰਡਲੀ ਕੀ ਹੈ ਪਹਿਲੇ 2 ਪੁਆਇੰਟ ਇੱਕ ਤੁਸਾਂ ਜੁੜ ਗਏ ਹੋ ਆਪਾਂ ਥਰਡ ਪੁਆਇੰਟ ਜਿਹੜਾ ਹੈ ਉਹ ਅਲੱਗ ਲਿਖੀਏ ਇੱਕ ਉਹਦੇ ਵਿੱਚ ਇਹ ਹੈ ਕਿ ਨਾ ਅੱਜਕੱਲ ਕੀ ਹੈ ਜਦੋਂ ਇੰਟਰਨੈਟ ਯੂਜ਼ ਕਰ ਰਹੇ ਹੁੰਨੇ ਆਗੇ ਤਾਂ ਉਦੋਂ ਬਹੁਤ ਸਾਰੀਆਂ ਚੀਜ਼ਾਂ ਇੰਟਰਨੈਟ ਦੇ ਉੱਪਰ ਅਜਹੀਆਂ ਖੁੱਲ ਜਾਂਦੀਆਂ ਨੇ ਜਿਹੜੀਆਂ ਕਿ ਬੱਚੇ ਦੇ ਲਈ ਇਨਐਪ੍ਰੋਪਰੀਏਟ ਹੁੰਦੀਆਂ ਕਈ ਅਜਹੀਆਂ ਵੈਬਸਾਈਟਸ ਇਮੇਜਸ ਦਾ ਵੀਡੀਓਜ਼ ਜਿਹੜੀਆਂ ਐਕਸਪਲਿਸਿਟ ਹੁੰਦੀਆਂ ਨੇ ਗਿਆ ਜਿਹੜੋਂ ਵਿਖਦੀਆਂ ਨੇ ਗਿਆ ਬੱਚਿਆਂ ਨੂੰ ਤਾਂ ਉਹਦੇ ਨਾਲ ਇਨਐਪ੍ਰੋਪਰੀਏਸ਼ਨ ਹੁੰਦਾ ਹੈਗਾ ਤਾਂ ਇਹ ਚੀਜ਼ਾਂ ਬਹੁਤ ਆਸਾਨ ਹੋ ਗਈਆਂ ਜਿਹਦੇ ਨਾਲ ਬੱਚੇ ਦਾ ਮੈਂਟਲ ਤੇ ਜਿਹੜੀ ਮੈਂਟਲ ਗਰੋਥ ਹੁੰਦੀ ਹੈਗੀ ਉਹ ਕਾਫੀ ਜ਼ਿਆਦਾ ਡਿਸਟ्रेस ਹੁੰਦੀ ਹੈਗੀ ਕਈ ਤਰ੍ਹਾਂ ਦੀ ਜਿਹੜੇ ਪ੍ਰੋਬਲਮਸ ਨੇ ਹੈਗੀਆਂ ਉਹ ਆਉਂਦੀਆਂ ਨਹੀਂ। ਉਸ ਤੋਂ ਬਾਅਦ ਆਪਾਂ ਇੱਕ ਹੋਰ ਨਵਾਂ ਪੁਆਇੰਟ ਲਿਖੀਏ ਉਹ ਹੈ ਕੰਪਿਊਟਰ ਗੇਮਸ ਜਾਂ ਜੋ ਇੰਟਰਨੈਟ ਦੇ ਉੱਪਰ ਜਦ ਬੱਚੇ ਇੰਟਰਨੈਟ ਦੇ ਉੱਪਰ ਗੇਮਸ ਖੇਡਦੇ ਨੇ ਅਗਰ ਗੱਲ ਕਰੀ ਅੱਜ ਦੇ ਟਾਈਮ ਦੇ ਜਿਵੇਂ ਫਾਇਰ ਫੌਕਸ ਹੈ ਪਬਜੀ ਹੈ ਪਹਿਲਾਂ ਬਲੂ ਵੇਲ ਹੁੰਦੀ ਸੀਗੀ ਜਿਹੜੀਆਂ ਗੇਮਸ ਹੁੰਦੀਆਂ ਬਹੁਤ ਜ਼ਿਆਦਾ ਐਡਿਕਟਿਵ ਹੁੰਦੀਆਂ ਨੇਗੀਆਂ ਬਲਕਿ ਜਦੋਂ ਇੱਕ ਵਾਰੀ ਇਹਨੂੰ ਖੇਡਣੇ ਸ਼ੁਰੂਆਤ ਕਰਦੇ ਹੈਗੇ ਬੱਚੇ ਕੀ ਜੋ ਵੱਡੇ ਵੀ ਖੇਡਣਗੇ ਤਾਂ ਉਹਨਾਂ ਨੂੰ ਇਹਦੀ ਆਦਤ ਪੈ ਜਾਂਦੀ ਹੈ ਲਤ ਲੱਗ ਜਾਂਦੀ ਹੈਗੀ ਜਿਹਦੇ ਕਰਕੇ ਬੱਚੇ ਆਪਣੀ ਸਟੱਡੀ ਨੂੰ ਆਪਣੇ ਹੋਮਵਰਕ ਨੂੰ ਆਪਣੇ ਪੇਰੈਂਟਸ ਨੂੰ ਇਗਨੋਰ ਕਰਨਾ ਸਟਾਰਟ ਕਰ ਦਿੰਦੇ ਨੇ ਇਸ ਤੋਂ ਬਾਅਦ ਹੈ ਜਦੋਂ ਬੱਚੇ ਗੇਮਸ ਖੇਡਦੇ ਨੇ ਬਹੁਤ ਸਾਰੀਆਂ ਗੇਮਸ ਅਜਿਹੀਆਂ ਹੁੰਦੀਆਂ ਨੇ ਕਿ ਜਿੱਚ ਜਿਵੇਂ ਟਾਸਕ ਮਿਲਦੇ ਨੇਗੇ ਡੇਅਰ ਮਿਲਦੇ ਨੇਗੇ ਜਿਵੇਂ ਮੇਰੇ ਧਿਆਨ ਦੇ ਵਿੱਚ ਬਲੂ ਵੇਲ ਆ ਰਹੀ ਹੈ ਬਲੂ ਵੇਲ ਦੇ ਨਾਲ ਬਹੁਤ ਸਾਰੇ ਬੱਚਿਆਂ ਨੇ ਜਾਂ ਬਹੁਤ ਸਾਰੇ ਜੋ ਉਹਨੂੰ ਯੂਜ਼ ਕਰਦੇ ਸੀ ਪਲੇ ਕਰਦੇ ਸੀਗੇ ਉਹਨਾਂ ਨੇ ਸੁਸਾਈਡ ਵੀ ਕੀਤੀ ਉਹਦਾ ਕਾਰਨ ਇਹ ਦੱਸਿਆ ਗਿਆ ਕਿ ਉਹਦੇ ਵਿੱਚ ਅਜਿਹੇ ਟਾਸਕ ਆਉਂਦੇ ਨੇਗੇ ਜਿਹੜੇ ਪੂਰੇ ਕਰਨੇ ਹੁੰਦੇ ਨੇਗੇ ਤੇ ਉਹ ਟਾਸਕ ਤੱਕੇ ਨਾਲ ਪੂਰੇ ਕਰਵਾਏ ਜਾਂਦੇ ਸੀ ਕਿਉਂਕਿ ਬੱਚਾ ਜਦੋਂ ਖੇਡਦਾ ਹੈਗਾ ਇੱਕ ਬੱਚਾ ਜੇਕ ਪਾਰਟਿਸਪੈਂਟ ਉਸ ਤਰ੍ਹਾਂ ਉਹ ਗੇਮ ਨੂੰ ਖੇਡਦਾ ਸੀ ਤਾਂ ਉਹਦੇ ਵਿੱਚ ਬੱਚਾ ਜਾਂ ਖੇਡਣ ਵਾਲਾ ਬਹੁਤ ਤਰ੍ਹਾਂ ਦੀ ਆਪਣੀ ਪਰਸਨਲ ਇਨਫੋਰਮੇਸ਼ਨ ਦੇ ਦਿੰਦਾ ਸੀਗਾ ਤੇ ਜੇ ਬੱਚਾ ਉਹ ਟਾਸਕ ਨੂੰ ਪੂਰਾ ਨਹੀਂ ਕਰਦਾ ਸੀ ਤਾਂ ਉਹਨੂੰ ਬਲੈਕਮੇਲ ਕੀਤਾ ਜਾਂਦਾ ਸੀਗਾ ਕਿਸ ਚੀਜ਼ ਵਾਸਤੇ ਕਿ ਜੇ ਤੁਸੀਂ ਇਹ ਟਾਸਕ ਪੂਰਾ ਕੀਤਾ ਨਾ ਤਾਂ ਤੁਹਾਡੀ ਜਿਹੜੀ ਇਹ ਪਰਸਨਲ ਡਿਟੇਲ ਆ ਗਈ ਉਹ ਪਬਲਿਕ ਕਰ ਦਿੱਤੀ ਜਾਊਗੀ ਸੋ ਇਸ ਤਰ੍ਹਾਂ ਕੀ ਹੈ ਬੱਚਿਆਂ ਬੱਚੇ ਜਿਹੜੇ ਨੇਗੇ ਆਪਣੀ ਪਰਸਨਲ ਇਨਫੋਰਮੇਸ਼ਨ ਰਿਵੀਲ ਕਰ ਦਿੰਦੇ ਨੇ ਕਿ ਜੋ ਉਹਨਾਂ ਨੂੰ ਰਿਵੀਲ ਨਹੀਂ ਕਰ ਸਕਦੇ ਜਿਨ੍ਹਾਂ ਦੇ ਨਾਲ ਜਿਹੜੀ ਉਹਨਾਂ ਦੀ ਆਈਡੈਂਟੀਟੀ ਹੈ ਉਹ ਉਹਦੀ ਚੋਰੀ ਹੁੰਦੀ ਹੈ ਉਹਦੀ ਪਛਾਣ ਦੀ ਚੋਰੀ ਹੁੰਦੀ ਹੈ ਕਿ ਜਿਹੜੀ ਉਹਨੇ ਪਰਸਨਲ ਡਿਟੇਲ ਆ ਗਈ ਉਹਦੀ ਚੋਰੀ ਹੋ ਜਾਂਦੀ ਹੈ ਸੋ ਇਹ ਉਹ ਪੰਜ ਪੋਸੀਬਲ ਪ੍ਰੋਬਲਮ ਜਿਹੜੀਆਂ ਕਿ ਆਲਮੋਸਟ ਹਰ ਇੱਕ ਬੱਚੇ ਨੂੰ ਫੇਸ ਕਰਨੀਆਂ ਪੈ ਸਕਦੀਆਂ ਨੇ ਜੇ ਉਹ ਇੰਟਰਨੈਟ ਨੂੰ ਧਿਆਨ ਨਾਲ ਨਹੀਂ ਚਲਾਏਗਾ ਹੁਣ ਵਾਰੀ ਹੈ ਸੋਲੂਸ਼ਨ ਦੀ ਠੀਕ ਆ ਪ੍ਰੋਬਲਮਸ ਆਪਾਂ ਨੇ ਗੱਲ ਕਰ ਲਈ ਸੋ ਸੋਲੂਸ਼ਨ ਕੀ ਹੋ ਸਕਦੇ ਨੇ ਸਭ ਤੋਂ ਪਹਿਲਾ ਸੋਲੂਸ਼ਨ ਇਹ ਹੈ ਕਿ ਪੇਰੈਂਟਸ ਦੀ ਜ਼ਿੰਮੇਵਾਰੀ ਬਣਦੀ ਹੈਗੀ ਕਿ ਉਹ ਕੀ ਪਹਿਨਾਈ ਮਤਲਬ ਕਿ ਉਹ ਚੈੱਕ ਰੱਖੇ ਉਹ ਧਿਆਨ ਰੱਖਣ ਕਿ ਬੱਚਾ ਉਹਨਾਂ ਦਾ ਕਰ ਕੀ ਰਿਹਾਗਾ ਕੀ ਵੇਖ ਰਿਹਾਗਾ ਆਨਲਾਈਨ ਐਕਟੀਵਿਟੀਜ਼ ਕਿਦਾਂ ਦੇ ਨੇ ਕਿ ਤੇ ਨਾਲ-ਨਾਲ ਉਹਨਾਂ ਨੂੰ ਬੱਚੇ ਦੇ ਨਾਲ ਇੰਟਰਨੈਟ ਦੇ ਨਾਲ ਇਨਵੋਲਡ ਜੋ ਪ੍ਰੋਬਲਮਸ ਨੇਗੀਆਂ ਡੇਂਜਰਸ ਨੇਗੇ ਰਿਸਕ ਨੇਗੇ ਉਹਦੇ ਬਾਰੇ ਖੁੱਲ ਕੇ ਡਿਸਕਸ਼ਨ ਕਰਨੀ ਚਾਹੀਦੀ ਆ ਇੱਕ ਸੋਲੂਸ਼ਨ ਹੋਰ ਹੈ ਕਿ ਜਿਹੜੀ ਆਨਲਾਈਨ ਸੇਫਟੀ ਹੈ ਇਜ਼ ਅ ਕੰਪੋਨੈਂਟ ਆਫ ਇੰਟਰਨੈਟ ਲਿਟਰੇਸੀ ਐਂਡ ਸ਼ੁੱਡ ਬੀ ਟੌਟ ਇਨ ਈਚ ਐਂਡ ਐਵਰੀ ਸਕੂਲ ਹਰ ਇੱਕ ਸਕੂਲ ਜਾਂ ਕਾਲਜ ਦੇ ਵਿੱਚ ਅੱਜ ਲੋੜ ਹੈ ਇੰਟਰਨੈਟ ਬਾਰੇ ਲਿਟਰੇਸੀ ਰੇਟ ਵਧਾਉਣ ਦੀ ਸੋ ਲਿਟਰੇਸੀ ਦਾ ਮਤਲਬ ਹੁੰਦਾ ਐਜੂਕੇਸ਼ਨ ਠੀਕ ਹੈ ਜੀ ਅੱਜ ਇੰਟਰਨੈਟ ਇੱਕ ਬੇਸਿਕ ਨੀਡ ਬਣ ਚੁੱਕਿਆ ਹੈਗਾ ਸਪੈਸ਼ਲੀ ਪਿਛਲੇ 2 ਸਾਲਾਂ ਤੋਂ ਤਾਂ ਬਹੁਤ ਜ਼ਿਆਦਾ ਜ਼ਰੂਰਤ ਆਉਦੀ ਆਨਲਾਈਨ ਕਲਾਸਿਸ ਸਟਾਰਟ ਹੋਈਆਂ ਕੋਵਿਡ 19 ਕਰਕੇ ਤਾਂ ਹੁਣ ਅੱਜ ਦੇ ਟਾਈਮ ਦੇ ਵਿੱਚ ਇੰਟਰਨੈਟ ਦੀ ਯੂਜ਼ ਕਿਵੇਂ ਕਰਨੀ ਹੈ ਇੰਟਰਨੈਟ ਕੀ ਹੈ ਇੰਟਰਨੈਟ ਨੂੰ ਕਿਵੇਂ ਯੂਜ਼ ਕਰਨਾ ਚਾਹੀਦਾ ਕਿਹੜੇ-ਕਿਹੜੇ ਖਤਰੇ ਨੇਗੇ ਕਿਵੇਂ-ਕਿਵੇਂ ਉਹਨਾਂ ਨੂੰ ਸੋਲਵ ਕੀਤਾ ਜਾ ਸਕਦਾ ਕਿਵੇਂ ਧਿਆਨ ਵਿੱਚ ਰੱਖਿਆ ਜਾ ਸਕਦਾ ਇਹ ਸਮੇਂ ਦੀ ਡਿਮਾਂਡ ਬਣ ਚੁੱਕੀ ਹੈ ਇਸੇ ਕਰਕੇ ਹਰ ਇੱਕ ਸਕੂਲ ਜਾਂ ਕਾਲਜ ਦੇ ਵਿੱਚ ਧਿਆਨ ਨਾਲ ਇਹ ਪੁਆਇੰਟ ਤੁਸੀਂ ਡਿਸਕਸ ਕਰਨਾ ਹੈਗਾ ਜਰੂਰ ਲਿਖਣਾ ਕਿ ਹਰ ਇੱਕ ਸਕੂਲ ਜਾਂ ਕਾਲਜ ਦੇ ਵਿੱਚ ਇੰਟਰਨੈਟ ਲਿਟਰੇਸੀ ਵਧਾਉਣ ਦੀ ਲੋੜ ਹੈ ਉਸਰ ਪੇਰੈਂਟਸ ਦੇ ਬੱਚਿਆਂ ਨੂੰ ਇੱਕ ਦੂਜੇ ਨਾਲ ਟਾਈਮ ਸਪੈਂਡ ਕਰਨ ਦੀ ਲੋੜ ਹੈ ਕਿ ਪਲੱਸ ਬੱਚਿਆਂ ਦੇ ਨੇੜੇ ਆਉਣ ਦੇ ਲਈ ਪੇਰੈਂਟਸ ਨੂੰ ਚਾਹੀਦਾ ਕਿ ਵੀਕਐਂਡ ਦੇ ਉੱਪਰ ਜਾਂ ਕਿਸੇ ਹੋਰ ਟਾਈਮ ਜਦੋਂ ਫ੍ਰੀ ਹੈ ਜਾਂ ਹੌਲੀਡੇ ਹੈ ਤੋ ਬੱਚਿਆਂ ਦੇ ਨਾਲ ਲੇਜ਼ਰ ਐਕਟੀਵਿਟੀ ਜਿਵੇਂ ਕੋਈ ਖੇਡਣਾ ਕਰੇ ਜਾਂ ਕੁਝ ਵੀ ਕਰਨਾ ਪਿਕਨਿਕ ਤੇ ਜਾਣਾ ਕੋਮਨ ਫਿਰਨ ਜਾਣਾ ਕਿਤੇ ਖਾਣ ਪੀਣ ਜਾਣਾ ਇਹ ਐਕਟੀਵਿਟੀ ਚ ਪਾਰਟਿਸਿਪੇਟ ਕਰਨਾ ਚਾਹੀਦਾ ਤਾਂ ਕਿ ਬੱਚੇ ਤੇ ਪੇਰੈਂਟਸ ਇੱਕ ਦੂਜੇ ਦੇ ਨੇੜੇ ਆਉਂਦੇ ਹੋਏ ਇੱਕ ਦੂਜੇ ਨਾਲ ਖੁੱਲ ਕੇ ਗੱਲ ਕਰ ਸਕਣ ਇਹਦਾ ਫਾਇਦਾ ਕੀ ਹੋਏਗਾ ਨੈਕਸਟ ਲਾਈਨ ਦੇ ਵਿੱਚ ਨੈਕਸਟ ਪੁਆਇੰਟ ਦੇ ਵਿੱਚ ਹੈ ਕਿ ਇਹਦੇ ਨਾਲ ਪੇਰੈਂਟਸ ਬੱਚਿਆਂ ਦੇ ਨਾਲ ਖੁੱਲ ਕੇ ਗੱਲ ਕਰ ਪਾਉਣਗੇ ਤੇ ਇਹ ਲੋੜ ਵੀ ਹੈ ਕਿ ਪੇਰੈਂਟਸ ਓਪਨਲੀ ਬੱਚਿਆਂ ਦੇ ਨਾਲ ਗੱਲ ਕਰਾਂਗੇ ਕਿ ਕਿਵੇਂ ਉਹ ਸੇਫ ਰਹਿ ਸਕਦੇ ਨੇ ਆਨਲਾਈਨ ਰੈਨ ਨਾਲੇ ਟਾਈਮ ਜਾਂ ਇੰਟਰਨੈਟ ਨੂੰ ਯੂਜ਼ ਕਰਦੇ ਟਾਈਮ ਲਾਸਟ ਵਿੱਚ ਬੱਚਿਆਂ ਨੂੰ ਪੜਾਉਣ ਦੀ ਲੋੜ ਹੈ ਸਿਖਾਉਣ ਦੀ ਲੋੜ ਹੈ ਕਿ ਕਿਵੇਂ ਉਹ ਰੈਕਗਨਾਈਜ਼ ਕਰਨ ਕਿਵੇਂ ਉਹ ਪਛਾਣਨ ਕਿ ਕੀ ਸਹੀ ਹੈ ਕੀ ਗਲਤ ਹੈ ਇੰਟਰਨੈਟ ਦੇ ਉੱਪਰ ਤੇ ਨਾਲ ਉਹ ਰਿਪੋਰਟ ਵੀ ਕਿਵੇਂ ਕਰਨ ਉਹ ਮੰਨ ਲਓ ਜੇ ਉਹਨਾਂ ਨੂੰ ਕੁਝ ਲੱਗਦਾ ਹੈ ਕਿ ਇਹ ਜੋ ਐਪਲੀਕੇਸ਼ਨ ਹੈ ਜਾਂ ਵੈਬਸਾਈਟ ਹੈ ਜਾਂ ਇਹ ਪਰਸਨ ਇਨ ਅਪਰੋਪਰੀਏਟ ਬਿਹੇਵੀਅਰ ਕਰ ਰਿਹਾ ਹੈਗਾ ਤਾਂ ਰਿਪੋਰਟ ਕਿਵੇਂ ਕਰਨਾ ਕਿਵੇਂ ਕੰਪਲੇਨ ਕਰਨੀ ਆਗੀ ਤਾਂ ਇਹ ਪ੍ਰੋਬੇਬਲ ਪ੍ਰੋਬਲਮਸ ਤੇ ਸੋਲੂਸ਼ਨਸ ਨੇਗੇ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇਗੇ ਕਿ ਇੱਕ ਪ੍ਰੋਬਲਮ ਉਹਦਾ ਇੱਕ ਸੋਲੂਸ਼ਨ ਸੋ ਪ੍ਰੋਬਲਮ ਸੋਲੂਸ਼ਨ ਪ੍ਰੋਬਲਮ ਸੋਲੂਸ਼ਨ ਸੋ ਇਸ ਤਰ੍ਹਾਂ ਪੰਜ ਪ੍ਰੋਬਲਮ ਤੇ ਪੰਜ ਸੋਲੂਸ਼ਨ ਤੁਹਾਨੂੰ ਦਿੱਤੇ ਗਏ ਨੇ ਕਿ ਮੈਨੂੰ ਉਮੀਦ ਹੈ ਤੁਹਾਨੂੰ ਹਰ ਇੱਕ ਪੁਆਇੰਟ ਬਹੁਤ ਵਧੀਆ ਢੰਗ ਦੇ ਨਾਲ ਸਮਝ ਆ ਚੁੱਕਿਆ ਫਿਰ ਵੀ ਜੇ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਉਹ ਕਲੀਅਰ ਕਰਨਾ ਨਹੀਂ ਭੁੱਲਣਾਗਾ ਤੇ ਜੇ ਤੁਸੀਂ ਪਹਿਲੀ ਵਾਰ ਕਲਾਸ ਲਗਾ ਰਹੇ ਹੋ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰੋ ਤੇ ਜੇ ਸਬਸਕ੍ਰਾਈਬ ਕਰ ਚੁੱਕੇ ਹੋਗੇ ਤਾਂ ਆਪਣੀ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਸ਼ੇਅਰ ਕਰਨਾ ਬਿਲਕੁਲ ਵੀ ਭੁੱਲਣਾ ਨਹੀਂ ਕਿਉਂਕਿ ਤੁਹਾਡੇ ਨਾਲ ਬਾਕੀਆਂ ਦਾ ਵੀ ਹੋਰਾਂ ਦਾ ਵੀ ਜੋ ਫਾਇਦਾ ਹੈ ਉਹ ਹੋ ਸਕੇ ਉਹਨਾਂ ਦਾ ਸੋ ਜਿੰਨੇ ਆਪਾਂ ਪੁਆਇੰਟ ਕੀਤੇ ਨੇ ਕਿ ਹੁਣ ਇਹਨਾਂ ਨੂੰ ਪ੍ਰੈਕਟੀਕਲੀ ਲਿਖਣ ਦਾ ਟਾਈਮ ਆ ਗਿਆ ਉਹ ਤਾਂ ਆਪਾਂ ਪੁਆਇੰਟ ਡਿਸਕਸ ਕੀਤੇ ਸੀ ਹੁਣ ਜੋ ਟਾਪਿਕ ਤੁਸੀਂ ਲਿਖਣਾਗਾ ਉਹ ਕੀ ਹੈ ਮੋਰ ਐਂਡ ਮੋਰ ਚਿਲड्रन ਆਰ ਐਕਸੈਸਿੰਗ ਦ ਇੰਟਰਨੈਟ ਅਨਸੁਪਰਵਾਈਜ਼ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਕਿ ਅਨਸੁਪਰਵਾਈਜ਼ ਅਨਸੁਪਰਵਾਈਜ਼ ਦਾ ਮਤਲਬ ਕੀ ਹੁੰਦਾਗਾ ਬਿਨਾ ਧਿਆਨ ਕੀਤੇ ਆ ਜਾਂ ਬਿਨਾ ਸਮਝਦੇ ਸੋ ਅੱਜਕੱਲ ਬੱਚੇ ਬਿਨਾ ਸਮਝਦੇ ਇੰਟਰਨੈਟ ਨੂੰ ਲਗਾਤਾਰ ਯੂਜ਼ ਕਰ ਰਹੇ ਨੇਗੇ ਐਂਡ ਐਟ ਅ ਯੰਗ ਏਜ ਉਹ ਵੀ ਬਹੁਤ ਛੋਟੀ ਉਮਰ ਦੇ ਵਿੱਚ ਥਿਸ ਕੈਨ ਸਮ ਟਾਈਮ ਪੁਟ ਚਿਲड्रन ਐਟ ਰਿਸਕ ਇਹਦੇ ਨਾਲ ਬੱਚਾ ਰਿਸਕ ਦੇ ਉੱਪਰ ਆ ਸਕਦਾ ਹੈ ਵਾਟ ਪ੍ਰੋਬਲਮ 杜 ਯੂ ਥਿੰਕ ਪੇਰੈਂਟਸ ਫੇਸ ਕਿਹੜੀ ਕਿਹੜੀ ਪ੍ਰੋਬਲਮਸ ਨੇ ਜੋ ਬੱਚੇ ਨੂੰ ਸੌਰੀ ਪੇਰੈਂਟਸ ਨੂੰ ਫੇਸ ਕਰਨੀਆਂ ਪੈਂਦੀਆਂ ਨੇ ਕਿਹੜੀਆਂ ਕਿਹੜੀਆਂ ਜਦੋਂ when dealing with their children using antenna ਜਦੋਂ ਬੱਚਾ ਇੰਟਰਨੈਟ ਯੂਜ਼ ਕਰ ਰਿਹਾ ਹੈਗਾ ਤਾਂ ਉਸ ਵਕਤ ਪੇਰੈਂਟਸ ਨੂੰ ਕਿਹੜੀਆਂ ਕਿਹੜੀਆਂ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਹੈਗਾ ਐਂਡ ਹਾਊ ਕੈਨ ਦਿਸ ਪ੍ਰੋਬਲਮ ਬੀ ਸੋਲਵ ਤੇ ਇਹਦਾ ਹੱਲ ਕੀ ਹੈ ਸੋ ਇਹਦੇ ਨਾਲ ਇਸ ਟਾਪਿਕ ਦੇ ਨਾਲ ਤੁਹਾਡੀ ਜੋ ਕਲਾਸ ਹੈ ਕੰਪਲੀਟ ਹੁੰਦੀ ਹੈਗੀ ਮੈਨੂੰ ਉਮੀਦ ਹੈ ਤੁਸੀਂ ਇੰਜੋਏ ਕੀਤੀ ਕਲਾਸ ਤੁਹਾਨੂੰ ਪੁਆਇੰਟਸ ਮਿਲ ਚੁੱਕੇ ਨੇਗੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਆਏਗੀ ਜਦੋਂ ਤੁਸੀਂ ਇਸ ਟਾਪਿਕ ਨੂੰ ਲਿਖੋਗੇ ਤੇ ਇਹਨਾਂ ਟਾਪਿਕਸ ਨੂੰ ਜਿੰਨੇ ਵੀ ਇੰਟਰਨੈਟ ਨਾਲ ਰਿਲੇਟਡ ਟਾਪਿਕਸ ਨੇਗੇ ਉਹਨਾਂ ਸਾਰੇ ਟਾਪਿਕਸ ਨੂੰ ਧਿਆਨ ਵਿੱਚ ਰੱਖਿਆ ਕਰੋ ਉਹਨਾਂ ਦੇ ਆਈਡੀਆਸ ਧਿਆਨ ਵਿੱਚ ਰੱਖਿਆ ਕਿਉਂਕਿ ਇਹੀ ਆਈਡੀਆਸ ਨੇ ਜਿਹੜੇ ਇੱਕ ਦੂਜੇ ਦੇ ਨਾਲ ਯੂਜ਼ ਹੁੰਦੇ ਰਹਿੰਦੇ ਨੇਗੇ ਤੇ ਜੇ ਤੁਸੀਂ ਇਹਨਾਂ ਪੁਆਇੰਟਸ ਨੂੰ ਯਾਦ ਰੱਖੋਗੇ ਲਰਨ ਕਰਦੇ ਰਹੋਗੇ ਤੁਸੀਂ ਇਹਨਾਂ ਨੂੰ ਇੱਕ ਦੂਜੇ ਵਿੱਚ ਕੁਐਸਚਨ ਚ ਯੂਜ਼ ਕਰਦੇ ਰਹੋਗੇ ਤਾਂ ਟਾਪਿਕ ਤੁਹਾਨੂੰ ਫਾਈਨਲ ਐਗਜ਼ਾਮ ਦੇ ਵਿੱਚ ਕੋਈ ਵੀ ਆ ਜੇ ਤੁਹਾਨੂੰ ਦਿੱਕਤ ਨਹੀਂ ਆਏਗੀ ਸੋ ਇੱਥੇ ਮੇਰੀ ਕਲਾਸ ਕੰਪਲੀਟ ਹੁੰਦੀ ਹੈ ਸੀ ਯੂ ਇਨ ਦਾ ਨੈਕਸਟ ਕਲਾਸ ਟਿਲ ਥੈਨ 올 ਦਾ ਬੈਸਟ ਥੈਂਕ ਯੂ ਸੋ ਮੱਚ